subscribe to our youtube channel press the bell icon to get the latest up ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦਕ ਵਿਗਿਆਪਨ ਕੇਸ ਦੇ ਵਿੱਚ ਬਾਬਾ ਰਾਮਦੇਵ ਅਤੇ ਬਾਹਰ ਕੁਲਿਸ਼ਨ ਦੇ ਦੂਸਰੇ ਮਾਫੀ ਨਾਮੇ ਨੂੰ ਵੀ ਖਾਰਜ ਕਰ ਦਿੱਤਾ ਹੈ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਨ ਸੰਗੀ ਅਤੇ ਮੁਕਲ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਾਰਵਾਈ ਦੇ ਲਈ ਤਿਆਰ ਹੋ ਜਾਵੋ ਉਤਰਾਖੰਡ ਸਰਕਾਰ ਦੇ ਵੱਲੋਂ ਤਰੁਮਹਿਤਾ ਤੇ ਵੰਸ਼ਜਾ ਸ਼ੁਕਲਾ ਨੇ ਐਫੀਡੀਐਫਟ ਪੜਿਆ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਦੇ ਵਿੱਚ ਖਤ ਆਇਆ ਹੈ ਕਿ ਤੁਹਾਡੇ ਕੋਲ ਮਾਮਲਾ ਹੈ ਕਾਨੂੰਨ ਦੀ ਪਾਲਣਾ ਕੀਤੀ ਜਾਵੇ 6 ਵਾਰ ਅਛੇਹਾ ਹੋਇਆ ਵਾਰ-ਵਾਰ ਲਾਇਸੈਂਸਿੰਗ ਇੰਸਪੈਕਟਰ ਚੁੱਪ ਰਹੇ ਇਸ ਤੋਂ ਬਾਅਦ ਜੋ ਆਏ ਉਹਨਾਂ ਨੇ ਵੀ ਇਹ ਕਿਹਾ ਤਿੰਨੇ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਨੂੰ ਹੋਵੇਗੀ ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਇਸੇ ਬੈਂਚ ਦੇ ਵਿੱਚ ਸੁਣਵਾਈ ਦੇ ਦੌਰਾਨ ਪਤੰਜਲੀ ਦੇ ਵੱਲੋਂ ਮੁਆਫੀਨਾਮਾ ਦਿੱਤਾ ਗਿਆ ਸੀ ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਫਟਕਾਰ ਲਗਾਉਣਦੇ ਹੋਏ ਕਿਹਾ ਸੀ ਕਿ ਇਹ ਮੁਆਫੀਨਾਮਾ ਸਿਰਫ ਖਾਣਾ ਪੂਰਤੀ ਦੇ ਲਈ ਹੈ ਤੁਹਾਡੇ ਅੰਦਰ ਮਾਫੀ ਦਾ ਭਾਵ ਨਹੀਂ ਦਿਖਦਾ ਪਿਆ ਇਸ ਤੋਂ ਬਾਅਦ ਕੋਰਟ ਨੇ 10 ਅਪ੍ਰੈਲ ਨੂੰ ਸੁਣਵਾਈ ਦੀ ਤਾਰੀਖ ਤੈਅ ਕੀਤੀ ਸੀ ਸੁਣਵਾਈ ਤੋਂ ਠੀਕ ਇੱਕ ਦਿਨ ਪਹਿਲਾਂ 9 ਅਪ੍ਰੈਲ ਨੂੰ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਲਕ੍ਰਿਸ਼ਨ ਨੇ ਆਪਣੇ ਨਵੇਂ ਐਫੀਡੈਫਟ ਫਾਈਲ ਕੀਤੇ ਜਿਸ ਦੇ ਵਿੱਚ ਪਤੰਜਲੀ ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਉਹਨਾਂ ਨੇ ਇਸ ਗਲਤੀ ਦੇ ਖੇਤ ਜਾਹਰ ਕੀਤਾ ਤੇ ਇਹ ਵੀ ਕਿਹਾ ਕਿ ਅਸੀਂ ਦੁਬਾਰਾ ਨਹੀਂ ਕਰਾਂਗੇ ਪਰ ਇਸ ਸਬਦੇ ਵਿੱਚ ਪਤੰਜਲੀ ਵਿਗਿਆਪਨ ਕੇਸ ਤੇ ਵਿੱਚ ਮੁਆਫੀਨਾਮਾ RAMDEV ਅਤੇ BALKRISHNAN ਦਾ ਖਾਰਿਜ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦਕ ਵਿਗਿਆਪਨ ਕੇਸ ਤੇ ਵਿੱਚ ਬਾਬਾ RAMDEV ਅਤੇ BALKRISHNAN ਦੇ ਦੂਸਰੇ ਮੁਆਫੀਨਾਮੇ ਨੂੰ ਵੀ ਖਾਰਿਜ ਕਰ ਦਿੱਤਾ ਹੈ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਨ ਸੰਗੀ ਅਤੇ ਮੁਕਲ ਨੂੰ ਕਿਹਾ ਹੈ ਕਿ ਤੁਸੀਂ ਜਾਣਬੁੱਝ ਕੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਾਰਵਾਈ ਦੇ ਲਈ ਤਿਆਰ ਹੋ ਜਾਵੋ ਉੱਤਰਾਖੰਡ ਸਰਕਾਰ ਦੇ ਵੱਲੋਂ ਤ੍ਰਿਮਹਿਤਾ ਅਤੇ ਵੰਸ਼ਜਾ ਸ਼ੁਕਲਾ ਨੇ ਐਫੀਡੈਫਟ ਪੜਿਆ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਦੇ ਵਿੱਚ ਖਤ ਆਇਆ ਹੈ ਕਿ ਤੁਹਾਡੇ ਕੋਲ ਮਾਮਲਾ ਹੈ ਕਾਨੂੰਨ ਦੀ ਪਾਲਣਾ ਕੀਤੀ ਜਾਵੇ 6 ਵਾਰ ਅਚੇਹਾ ਹੋਇਆ ਵਾਰ-ਵਾਰ ਲਾਇਸੈਂਸਿੰਗ ਇਨਸਪੈਕਟਰ ਚੁੱਪ ਰਹੇ ਇਸ ਤੋਂ ਬਾਅਦ ਜੋ ਆਏ ਉਹਨਾਂ ਨੇ ਵੀ ਇਹੀ ਕਿਹਾ ਤਿੰਨੇ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਨੂੰ ਹੋਵੇਗੀ ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਇਸੇ ਬੈਂਚ ਦੇ ਵਿੱਚ ਸੁਣਵਾਈ ਦੇ ਦੌਰਾਨ ਪਤੰਜਲੀ ਦੇ ਵੱਲੋਂ ਮੁਆਫੀਨਾਮਾ ਦਿੱਤਾ ਗਿਆ ਸੀ ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਫਟਕਾਰ ਲਗਾਉਣਦੇ ਹੋਏ ਕਿਹਾ ਸੀ ਕਿ ਇਹ ਮੁਆਫੀਨਾਮਾ ਸਿਰਫ ਖਾਣਾ ਪੂਰਤੀ ਦੇ ਲਈ ਹੈ ਤੁਹਾਡੇ ਅੰਦਰ ਮਾਫੀ ਦਾ ਭਾਵ ਨਹੀਂ ਦਿਖਦਾ ਪਿਆ ਇਸ ਤੋਂ ਬਾਅਦ ਕੋਰਟ ਨੇ 10 ਅਪ੍ਰੈਲ ਨੂੰ ਸੁਣਵਾਈ ਦੀ ਤਾਰੀਖ ਤੈਅ ਕੀਤੀ ਸੀ ਸੁਣਵਾਈ ਤੋਂ ਠੀਕ ਇੱਕ ਦਿਨ ਪਹਿਲਾਂ 9 ਅਪ੍ਰੈਲ ਨੂੰ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਲਕ੍ਰਿਸ਼ਨ ਨੇ ਆਪਣੇ ਨਵੇਂ ਐਫੀਡੈਫਟ ਫਾਈਲ ਕੀਤੇ ਜਿਸ ਦੇ ਵਿੱਚ ਪਤੰਜਲੀ ਦੇ ਬਿਨਾਂ ਸ਼ਰਤ ਮਾਫੀ ਮੰਗਦੇ ਹੋਏ ਉਹਨਾਂ ਨੇ ਇਸ ਗਲਤੀ ਦੇ ਖੇਤ ਜਾਹਰ ਕੀਤਾ ਤੇ ਇਹ ਵੀ ਕਿਹਾ ਕਿ ਅਸੀਂ ਦੁਬਾਰਾ ਨਹੀਂ ਕਰਾਂਗੇ ਪਰ ਇਹ ਸਭ ਦੇ ਵਿੱਚ ਪਤੰਜਲੀ ਵਿਗਿਆਪਨ ਕੇਸ ਤੇ ਵਿੱਚ ਮੁਆਫੀ ਨਾਮਾ RAMDEV ਅਤੇ BALKRISHAN ਦਾ ਖਾਰਿਜ ਕਰ ਦਿੱਤਾ ਗਿਆ ਏ